ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਾਊਦੀ ਅਰਬ ਬਾਰੇ ਸਾਊਦੀ ਅਰਬ ਦੇ ਸਖਤ ਕਾਨੂੰਨ ਬਾਰੇ ਤੇ ਸਾਊਦੀ ਅਰਬ ਦੇ ਬਾਰੇ ਅਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਤੇ ਇਸ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਊਦੀ ਅਰਬ ਦਾ ਅਫੀਸ਼ੀਅਲ ਨਾਮ ਕਿੰਗਡਮ ਆਫ ਸਾਊਦੀ ਅਰੇਬੀਆ ਹੈ ਇਸ ਦਾ ਬਾਰਡਰ ਜਾਰਡਨ ਇਰਾਕ ਕਵੇਤ ਕਤਰ ਯੂਏਈ ਓਮਾਨ ਅਤੇ ਜਮਨ ਨਾਲ ਲੱਗਦਾ ਹੈ ਸਾਊਦੀ ਅਰਬ ਇੱਕ ਇਸਲਾਮਿਕ ਦੇਸ਼ ਹੈ ਇਸ ਦੀ ਕੁੱਲ ਆਬਾਦੀ 3 ਕਰੋੜ 53 ਹਜ਼ਾਰ ਦੇ ਲਗਭਗ ਹੈ ਇੱਥੋਂ ਦੀ 84% ਜਨਸੰਖਿਆ ਸ਼ਹਿਰਾਂ ਵਿੱਚ ਰਹਿੰਦੀ ਹੈ। ਇੱਥੋਂ ਦੇ 16% ਲੋਕ ਹੀ ਪਿੰਡਾਂ ਵਿੱਚ ਰਹਿੰਦੇ ਹਨ। 사우ਦੀ ਅਰਬ ਅੱਜ ਵੀ ਕਾਫੀ ਜ਼ਿਆਦਾ ਜਵਾਨ ਦੇਸ਼ ਹੈ। ਇੱਥੋਂ ਦੀ ਔਸਤਨ ਉਮਰ 31 ਸਾਲ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ 사우ਦੀ ਅਰਬ ਵਿੱਚ ਕੋਈ ਵੀ ਸੰਵਿਧਾਨ ਲਾਗੂ ਨਹੀਂ ਹੈ। 사우ਦੀ ਅਰਬ ਵਿੱਚ ਪਵਿੱਤਰ ਗ੍ਰੰਥ ਕੁਰਾਨ ਅਤੇ ਪਗੰਬਰ ਮੁਹੰਮਦ ਹੀ ਉੱਥੋਂ ਦੇ ਸੰਵਿਧਾਨ ਨੇ। ਅਸਲ ਵਿੱਚ ਇਸ ਦੇਸ਼ ਵਿੱਚ ਸ਼ਰੀਅਤ ਦਾ ਕਾਨੂੰਨ ਚੱਲਦਾ ਹੈ। 사우ਦੀ ਅਰਬ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਵਿੱਚ ਇੱਕ ਵੀ ਨਦੀ ਨਹੀਂ ਹੈ ਇਹ ਦੇਸ਼ ਆਪਣੇ ਪੀਣ ਦਾ ਪਾਣੀ ਸਮੁੰਦਰ ਦੇ ਪਾਣੀ ਨੂੰ ਫਿਲਟਰ ਕਰਕੇ ਪੀਂਦੇ ਹਨ ਕੁਝ ਸਾਲ ਪਹਿਲਾਂ 사우ਦੀ ਅਰਬ ਵਿੱਚ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਸਮੱਸਿਆ ਸੀ ਪਰ ਹੁਣ ਇਹ ਸਮੱਸਿਆ ਹੱਲ ਕਰ ਲਈ ਗਈ ਹੈ 사우ਦੀ ਅਰਬ ਵਿੱਚ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨ ਮੱਕਾ ਤੇ ਮਦੀਨਾ ਹਨ ਮੱਕਾ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇਸ ਲਈ ਹਰ ਕੋਈ ਮੱਕਾ ਸ਼ਹਿਰ ਵਿੱਚ ਆਪਣੀ ਜ਼ਮੀਨ ਖਰੀਦਣਾ ਚਾਹੁੰਦਾ ਹੈ ਇਸ ਲਈ ਮੱਕਾ ਦੀ ਜ਼ਮੀਨ ਦੁਨੀਆ ਦੀ ਸਭ ਤੋਂ ਮਹਿੰਗੀਆਂ ਜ਼ਮੀਨਾਂ ਵਿੱਚੋਂ ਇੱਕ ਹੈ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਇੱਥੇ ਲੋਕ ਆਉਂਦੇ ਹਨ 사우ਦੀ ਅਰਬ ਅਜੀਬੋ ਗਰੀਬ ਕਾਨੂੰਨਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ 사우ਦੀ ਅਰਬ ਵਿੱਚ ਅਡਲਟ ਫਿਲਮਾਂ ਦੇਖਣ ਤੇ ਪੂਰਨ ਤੌਰ ਤੇ ਪਾਬੰਦੀ ਹੈ ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਹ ਸਮਝੋ ਗਿਆ ਕੰਮੋਂ ਸਾਊਦੀ ਅਰਬ ਵਿੱਚ ਸੂਰਜ ਯਾਨੀ ਕਿ ਪਿਗ ਦੇ ਮਾਸ ਉੱਪਰ ਪੂਰਨ ਤੌਰ ਤੇ ਪਾਬੰਦੀ ਹੈ। ਪੂਰੀ ਦੁਨੀਆ ਵਾਂ ਸਭ ਤੋਂ ਸਖਤ ਕਾਨੂੰਨ ਅਤੇ ਸਖਤ ਸਜ਼ਾਵਾਂ ਦੇਣ ਲਈ ਸਾਊਦੀ ਅਰਬ ਪੂਰੀ ਦੁਨੀਆ ਵਿੱਚ ਮੰਨਿਆ ਜਾਂਦਾ ਹੈ। ਸਾਊਦੀ ਅਰਬ ਵਿੱਚ 2018 ਤੱਕ ਸਿਨੇਮੇ ਉੱਪਰ ਵੀ ਪੂਰਨ ਤੌਰ ਤੇ ਬੈਨ ਸੀ। ਇਸ ਲਈ ਸਾਊਦੀ ਅਰਬ ਦੇ ਲੋਕ ਫਿਲਮਾਂ ਦੇਖਣ ਲਈ ਹੋਰਨਾਂ ਦੇਸ਼ਾਂ ਵਿੱਚ ਵੀ ਜਾਂਦੇ ਹੁੰਦੇ ਸਨ। ਪਰ ਹੁਣ ਸਰਕਾਰ ਨੇ ਇਸ ਸਿਨੇਮਾ ਉੱਪਰ ਪਾਬੰਦੀ ਹਟਾ ਦਿੱਤੀ ਹੈ। ਪਰ ਅੱਜ ਵੀ ਬਹੁਤ ਸਾਰੀਆਂ ਫਿਲਮਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਜਿਨ੍ਹਾਂ ਫਿਲਮਾਂ ਵਿੱਚ ਜ਼ਿਆਦਾ ਰੋਮਾਂਟਿਕ ਸੀਨ ਹੁੰਦੇ ਹਨ। ਉਹ ਫੈਲ ਮਨੁਸ ਨੇਮੇਕਰਾਂ ਵਿੱਚ ਨਹੀਂ ਦਿਖਾਇਆ ਜਾਂਦਾ 사우ਦੀ ਅਰਬ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਸੜਕਾਂ ਉੱਪਰ ਲੋਕ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ 사우ਦੀ ਅਰਬ ਦੇ ਲੋਕਾਂ ਨੂੰ ਸਿਗਰਟ ਪੀਣ ਦੀ ਬਹੁਤ ਜ਼ਿਆਦਾ ਬੁਰੀ ਲਤ ਹੈ ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਿਗਰਟ ਨਰਯਾਦ ਕਰਨ ਵਾਲਾ ਦੇਸ਼ ਹੈ ਇੱਥੋਂ ਦੀ ਸਰਕਾਰ ਨੇ 2012 ਵਿੱਚ ਸਰਕਾਰੀ ਦਫ਼ਤਰਾਂ ਵਿੱਚ ਸਿਗਰਟ ਪੀਣ ਤੇ ਪੂਰਨ ਤੌਰ ਤੇ ਬੈਨ ਲਗਾ ਦਿੱਤਾ ਸੀ ਜੇਕਰ ਗੱਲ ਕਰੀਏ ਦੁਨੀਆ ਦੇ ਸੁਰੱਖਿਅਤ ਦੇਸ਼ਾਂ ਦੀ ਤਾਂ 사우ਦੀ ਅਰਬ ਵੀ ਦੁਨੀਆ ਦੇ ਸੁਰੱਖਿਅਤ ਦੇਸ਼ਾਂ ਵਿੱਚ ਇੱਕ ਹੈ ਕਿਉਂਕਿ 사우ਦੀ ਅਰਬ ਵਿੱਚ ਜੇ ਕੋਈ ਅਪਰਾਧ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਿੱਧਾ ਜੇਲ੍ਹ ਪੇ ਦਿੱਤਾ ਜਾਂਦਾ ਹੈ ਅਤੇ ਇੱਥੋਂ ਦੀਆਂ ਜੇਲਾਂ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਸਾਊਦੀ ਅਰਬ ਦੀਆਂ ਜੇਲਾਂ ਵਿੱਚ ਅਪਰਾਧੀਆਂ ਨਾਲ ਬਹੁਤ ਸਖਤੀ ਵਰਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਊਦੀ ਅਰਬ ਵਿੱਚ ਅਪਰਾਧ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਇੱਥੇ ਚੋਰੀ ਕਰਨ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਘੱਟ ਹੁੰਦੀਆਂ ਹਨ ਕਿਉਂਕਿ ਇੱਥੇ ਚੋਰੀ ਕਰਨ ਵਾਲੇ ਦੇ ਸਿੱਧੇ ਹੱਥ ਵੱਢ ਦਿੱਤੇ ਜਾਂਦੇ ਹਨ। ਸਾਊਦੀ ਅਰਬ ਆਪਣੇ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਬਣਾ ਰਿਹਾ ਹੈ। ਇਸ ਦਾ ਨਾਮ ਹੈ ਕਿੰਗਡਮ ਟਾਵਰ। ਇਸ ਦੀ ਸ਼ੁਰੂਆਤ 2014 ਵਿੱਚ ਹੋਈ ਸੀ। ਇਸ ਟਾਵਰ ਦੀ ਉਚਾਈ ਲਗਭਗ 1 ਕਿਲੋਮੀਟਰ ਹੈ। ਸਾਊਦੀ ਅਰਬ ਵਿੱਚ ਬੇਵੀ ਊਠ ਜਾਨੀ ਕਿ ਊਡ ਦੇ ਬੱਚੇ ਦਾ ਮਾਸ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਇੱਥੋਂ ਦੇ ਜਿੱਦਾਂ ਸ਼ਹਿਰ ਵਿੱਚ ਬੀਬੀ ਊਡ ਦੇ ਮਾਸ ਦਾ ਉਤਪਾਦਨ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਂਦਾ ਹੈ ਦੁਨੀਆਂ ਦੇ ਸਭ ਤੋਂ ਮਹਿੰਗੇ ਵਿਆਹ ਵੀ 사ਉਦੀ ਅਰਬ ਵਿੱਚ ਹੀ ਦੇਖਣ ਨੂੰ ਮਿਲਦੇ ਹਨ ਇੱਥੇ ਵਿਆਹ ਦਾ ਜਸ਼ਨ ਲਗਭਗ 15 ਦਿਨ ਤੱਕ ਚੱਲਦਾ ਹੈ ਇਨ੍ਹਾਂ ਵਿਆਹਾਂ ਵਿੱਚ 사ਉਦੀ ਅਰਬ ਦੇ ਲੋਕ ਕਰੋੜਾਂ ਰੁਪਏ ਉਡਾ ਦਿੰਦੇ ਹਨ ਸਾਊਦੀ ਅਰਬ ਦੇ ਲੋਕਾਂ ਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ VIP ਨੰਬਰ ਲੈਣ ਦਾ ਵੀ ਸ਼ੌਂਕ ਹੈ। ਸਾਊਦੀ ਅਰਬ ਦੇ ਲੋਕ VIP ਨੰਬਰ ਲੈਣ ਲਈ ਕਰੋੜਾਂ ਰੁਪਏ ਲਗਾ ਦਿੰਦੇ ਹਨ। ਸਾਊਦੀ ਅਰਬ ਦੇ ਲੋਕਾਂ ਨੂੰ ਪੈਸਾ ਡਾਉਣ ਲਈ ਸਿਰਫ ਇੱਕ ਬਹਾਨਾ ਚਾਹੀਦਾ ਹੁੰਦਾ ਹੈ। ਸਾਊਦੀ ਅਰਬ ਦੇ ਵਿੱਚ ਸਾਈਡ ਵਾਕਿੰਗ ਡਰਾਈਵਿੰਗ ਕਾਫੀ ਜ਼ਿਆਦਾ ਪ੍ਰਚਲਿਤ ਹੈ। ਛੁੱਟੀ ਵਾਲੇ ਦਿਨ ਲੋਕ ਇੱਥੇ ਸਾਈਡ ਵਾਕਿੰਗ ਡਰਾਈਵ ਕਰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇ ਕਿ ਸਾਊਦੀ ਅਰਬ ਦੇ ਨੌਜਵਾਨ ਆਪਣੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਨੂੰ ਦੋ ਟਾਇਰਾਂ ਦੇ ਉੱਤੇ ਚਲਾਉਂਦੇ ਹਨ। ਤਾਨੂੰ ਜਾਣ ਕੇ ਹੈਰਾਨੀ ਹੋਵੇ ਕਿ ਸਾਊਦੀ ਅਰਬ ਦੇ ਲੋਕ ਬਹੁਤ ਜ਼ਿਆਦਾ ਆਲਸੀ ਹੁੰਦੇ ਨੇ ਇਹ ਇੰਨੇ ਜਿਆਦਾ ਆਲਸੀ ਹੁੰਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਕਿਸੇ ਵੀ ਕੰਮ ਨੂੰ ਆਪ ਨਹੀਂ ਕਰਦੇ ਕਿਉਂਕਿ ਇਹ ਜੰਮਦੇ ਹੀ ਕਰੋੜਾਂ ਰੁਪਏ ਦੇ ਮਾਲਕ ਹੁੰਦੇ ਹਨ ਇਹਨਾਂ ਲੋਕਾਂ ਨੂੰ ਕੋਈ ਵੀ ਕੰਮ ਆਪ ਨਹੀਂ ਕਰਨਾ ਹੁੰਦਾ ਕੰਮ ਕਰਨ ਲਈ ਇਹਨਾਂ ਨੇ ਆਪਣੇ ਨੌਕਰ ਰੱਖੇ ਹੁੰਦੇ ਹਨ ਤੁਹਾਨੂੰ ਜਾਣ ਕੇ ਹੈਰਾਨੀ ਹੋਵੇ ਕਿ 사우ਦੀ ਅਰਬ ਦੇ ਵਿੱਚ ਗੈਰ ਮੁਸਲਮਾਨ ਨੂੰ ਦਫਨਾਉਣਾ ਬਿਲਕੁਲ ਬੈਨ ਹੈ ਇਸ ਤੋਂ ਇਲਾਵਾ 사우ਦੀ ਅਰਬ ਵਿੱਚ ਔਰਤਾਂ ਨੂੰ ਲੈ ਕੇ ਬਹੁਤ ਜਿਆਦਾ ਸਖਤ ਕਾਨੂੰਨ ਬਣੇ ਹੋਏ ਹਨ ਔਰਤਾਂ ਲਈ ਸਭ ਤੋਂ ਪਹਿਲਾ ਨਿਯਮ ਇੱਥੇ ਇਹ ਹੈ ਕਿ ਔਰਤਾਂ ਆਪਣੇ ਪਤੀ ਨੂੰ ਦੱਸੇ ਬਿਨਾਂ ਕਿਸੇ ਕੋਈ ਵੀ ਵਿਦੇਸ਼ ਯਾਤਰਾ ਨਹੀਂ ਕਰ ਸਕਦੀਆਂ ਆਪਣੇ ਪਤੀ ਨੂੰ ਦੱਸੇ ਬਗੈਰ ਘਰੋਂ ਬਾ ਵੀ ਨਹੀਂ ਜਾ ਸਕਦੀਆਂ ਮਤਲਬ ਔਰਤਾਂ 사우ਦੀ ਅਰਬ ਦੇ ਵਿੱਚ ਉਹੀ ਕੁਝ ਕਰਨੀਆਂ ਜੋ ਉਹਨਾਂ ਦਾ ਪਤੀ ਚਾਹੁੰਦਾ ਹੈ ਪਰ 95% ਮਾਰੂਥਲ ਦੇ ਹੋਣ ਦੇ ਬਾਵਜੂਦ ਵੀ ਇਹ ਦੇਸ਼ ਕਿਤੇ ਦੀ ਕਿਤੇ ਪਹੁੰਚ ਗਿਆ ਹੈ ਇਹ ਸਭ ਕੁਝ ਹੋਇਆ ਹੈ ਕਿ ਤੇਲ ਦੇ ਕਰਕੇ ਕਿਉਂਕਿ ਇੱਥੇ ਬਹੁਤ ਵੱਡੀ ਮਾਤਰਾ ਵਿੱਚ ਦੁਨੀਆ ਦਾ ਸਭ ਤੋਂ ਵੱਧ ਤੇਲ ਕੱਢਿਆ ਜਾਂਦਾ ਹੈ ਜੇਕਰ ਇੱਥੇ ਤੇਲ ਨਾ ਹੁੰਦਾ ਤਾਂ ਇੱਥੋਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਣੇ ਸੀ ਤਹਾਨੂੰ ਦੱਸ ਦਿੰਨੇ ਹਾਂ ਕਿ ਸਾਊਦੀ ਅਰਬ ਦਾ ਹਰ ਕੋਈ ਨਾਗਰਿਕ ਇੱਥੋਂ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇੱਥੇ ਕਿਸੇ ਦੀ ਫੋਟੋ ਉਹਨਾਂ ਉਸ ਦੀ ਆਗਿਆ ਤੋਂ ਬਿਨਾਂ ਨਹੀਂ ਲੈ ਸਕਦੇ। ਜੇਕਰ ਅਜਿਹਾ ਕਰਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਪਰ ਸਖਤ ਕਾਨੂੰਨੀ ਕਾਰਵਾਈ ਹੁੰਦੀ ਹੈ। ਸਾਊਦੀ ਅਰਬ ਵਿੱਚ ਲੋਕਾਂ ਨੂੰ ਪੜ੍ਹਾਈ ਲਿਖਾਈ ਦਾ ਬਹੁਤ ਜ਼ਿਆਦਾ ਸ਼ੌਂਕ ਨਹੀਂ ਸੀਗਾ ਪਰ ਹੁਣ ਇੱਥੋਂ ਦੇ ਲੋਕ ਕਾਫੀ ਜ਼ਿਆਦਾ ਬਦਲ ਚੁੱਕੇ ਹਨ ਅਤੇ ਪੜ੍ਹਾਈ ਲਿਖਾਈ ਦੇ ਲਈ ਲੋਕ ਬੱਚਿਆਂ ਨੂੰ ਸਕੂਲ ਭੇਜਦੇ ਆ ਤੇ ਪਹਿਲਾਂ ਇੱਥੋਂ ਦੇ ਬੱਚੇ ਬਿਲਕੁਲ ਵੀ ਸਕੂਲ ਜਾਣਾ ਨਹੀਂ ਚਾਹੁੰਦੇ ਸਨ ਪਰ ਹੁਣ ਇੱਥੋਂ ਦਾ ਨਜ਼ਰੀਆ ਬਿਲਕੁਲ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ ਹੁਣ ਇੱਥੋਂ ਦੇ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾ ਲਿਖਾ ਰਹੇ ਹਨ 사우ਦੀ ਅਰਬ ਦੇ ਵਿੱਚ ਜਿੰਨੇ ਵੀ ਸਕੂਲ ਨੇ ਜ਼ਿਆਦਾਤਰ ਉਹਨਾਂ ਦੇ ਵਿੱਚ ਟੀਚਰ ਨੇ ਉਹ ਇੰਡੀਅਨ ਹੀ ਹੁੰਦੇ ਹਨ ਹੁਣ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ 사우ਦੀ ਅਰਬ ਵੀ ਆਪਣੇ ਕਾਨੂੰਨਾਂ ਦੇ ਵਿੱਚ ਕਾਫੀ ਬਦਲਾਅ ਕਰ ਰਿਹਾ ਹੈ ਉਦਾਹਰਨ ਦੇ ਤੌਰ ਤੇ ਹੁਣ ਔਰਤਾਂ ਡਰਾਈਵਿੰਗ ਵੀ ਕਰ ਸਕਦੀਆਂ ਹਨ ਹੁਣ 사우ਦੀ ਅਰਬ ਦੇ ਵਿੱਚ ਕੋਈ ਵੀ ਔਰਤ ਇਕੱਲੀ ਹੋਟਲ ਦੇ ਵਿੱਚ ਰੂਮ ਲੈ ਸਕਦੀ ਹੈ ਅਤੇ ਹੋਟਲਾਂ ਦੇ ਵਿੱਚ ਜੋੜਿਆਂ ਨੂੰ ਬਿਨਾ ਵਿਆਹ ਦਾ ਸਬੂਤ ਦਿੱਤਿਆਂ ਹੋਟਲ ਦੇ ਵਿੱਚ ਕਮਰਾ ਮਿਲ ਸਕਦਾ ਹੈ ਇਹਨਾਂ ਸਭ ਕਰਕੇ ਹੁਣ ਸਾਊਦੀ ਅਰਬ ਟੂਰਿਸਟ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਸਾਊਦੀ ਅਰਬ ਦੇ ਵਿੱਚ ਜੋਰ ਕਰਾਂਸੀ ਚੱਲਦੀ ਹੈ ਉਸ ਨੂੰ ਰਿਆਲ ਕਹਿੰਦੇ ਹਨ ਇੱਕ ਰਿਆਲ ਦੇ ਇੰਡੀਆ ਦੇ ਵਿੱਚ 22 ਰੁਪਏ ਬਣਦੇ ਹਨ ਇਹ ਤਾਂ ਸੀ ਸਾਊਦੀ ਅਰਬ ਬਾਰੇ ਕੁਝ ਰੋਚਕ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ